सतनाम 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 जी वाहे गुरु वाहे गुरु वाहे गुरु जी सतनाम 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 जी वाहे गुरु वाहे गुरु वाहे गुरु जी जपो सतनाम सतनाम जी वाहे गुरु वाहे गुरु वाहे गुरु जी सतनाम 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 जी वाहे गुरु वाहे गुरु वाहे गुरु जी Thank you.
गावे रस विचारे रस गावे रस
Bye.
सारी संगत हर हर अमृत देहो प्यारे देहो प्यारे सिमरो हर हर ਸਤਿਗੁਰੂ ਜੀ ਦੀ ਸਾਡੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਿਤਾ ਦੀ ਬਖਸ਼ੀ ਹੋਈ ਫਤਿਹ ਬੁਲਾਇਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਫਾਗਾ ਵਾਲੇ ਆ ਜੋ ਵੀਕਐਂਡ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਜੁੜੇ ਆ ਜਿਹਦੇ ਉੱਪਰ ਪਰਮਾਤਮਾ ਦੀ ਨਜ਼ਰ ਰਹਿਮਤ ਹੁੰਦੀ ਹੈ ਉਹਨੂੰ ਸੱਚੇ ਪਾਤਸ਼ਾਹ ਸਤ ਸੰਗਤ ਵਿੱਚ ਬਿਠਾਉਂਦੇ ਆ ਆਖੋ ਸਤਨਾਮ ਅੱਜ ਇੱਥੇ ਆਪਾਂ ਬੈਠੇ ਹਾਂ ਨਾ ਜਿਹਦੇ ਉੱਪਰ ਕਿਰਪਾ ਵਰਸਦੀ ਹੈ ਸਹਿਬ ਬਾਣੀ ਵਿੱਚ ਫਰਮਾਉਂਦੇ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਆਹ ਸਿਰੇ ਦਾ ਕਰਮ ਕਰ ਰਹੇ ਹੋ ਜਿਹੜੇ ਇਸ ਵੇਲੇ ਬੈਠੇ ਹੋ ਬੋਲੋ ਵਾਹਿਗੁਰੂ ਹਰ ਕੀਰਤ ਉਹਦੀ ਕੀਰਤੀ ਕਰ ਰਹੇ ਹੋ ਕੀਰਤਨ ਕਰ ਰਹੇ ਹੋ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਅੱਗੇ ਕਹਿੰਦੇ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੂਰਵ ਲਿਖੇ ਕਰ ਲੈ ਪਰ ਇਹ ਪ੍ਰਾਪਤ ਕਿਹਨੂੰ ਹੁੰਦੀਆਂ ਨੇ ਇਹ ਘੜੀਆਂ ਕਿਹਦੇ ਕਰਮਾਂ ਚ ਹੁੰਦੀਆਂ ਨੇ ਜਿਹਨੇ ਕੋਈ ਚੰਗਾ ਕਰਮ ਬੀਜਿਆ ਕਹਿ ਦਿਓ ਵਾਹਿਗੁਰੂ ਉਸ ਬੀਜੇ ਹੋਏ ਕਰਮ ਦਾ ਫਲ ਜਦੋਂ ਪ੍ਰਾਪਤ ਹੁੰਦਾ ਹੈ ਤੇ ਆਪਾਂ ਨੂੰ ਆਹ ਘੜੀਆਂ ਮਿਲਦੀਆਂ ਬੋਲੋ ਵਾਹਿਗੁਰੂ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਏ ਉਹ ਆਪ ਹੀ ਬੁਲਾਇਆ ਉਹਨਾਂ ਨੇ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਜਿਹਤੇ ਕਿਰਪਾ ਹੁੰਦੀ ਹੈ ਹਰ ਦਿਨ ਰਹਿਣ ਕੀਰਤਨ ਗਾਈਏ ਸਾਰੇ ਬੋਲੋ ਹਰ ਦਿਨ ਰਹਿਣ ਅੱਗੇ ਕਹਿੰਦੇ ਬਹੁੜ ਨਾ ਜੋਨੀ ਪਾਈ ਫਿਰ ਅੱਗੇ ਕਹਿੰਦੇ ਜਿਸ ਦੇਵੈ ਪੁਰਖ ਵਿਧਾਤਾ ਜਿਹਨੂੰ ਤੂੰ ਇਹ ਦਾਤ ਦੇਵੇ ਹਰ ਰਸ ਤਿੰਨ ਹੀ ਜਾਤਾ ਫਿਰ ਕਹਿੰਦੇ ਜਮ ਕੰਕਰ ਨੇੜਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਛੇਵੇਂ ਪਾਤਸ਼ਾਹ ਇੱਕ ਦਿਨ ਬੈਠੇ ਹੈ ਮੀਰੀ ਪੀਰੀ ਦੇ ਮਾਲਕ ਤੇ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਗੁਰਬਾਣੀ ਵਿੱਚ ਅਨੇਕਾਂ ਵਾਰ ਜ਼ਿਕਰ ਆਇਆ ਕਿ ਇਹ ਮਨ ਹੈ ਜਿਹੜਾ ਇਹ ਕਈ ਜਨਮਾਂ ਤੋਂ ਸੁੱਤਾ ਹੋਇਆ ਬੋਲੋ ਵਾਹਿਗੁਰੂ ਜਿਵੇਂ ਸਾਹਿਬ ਕਹਿੰਦੇ ਜਾਗ ਰੇ ਮਨ ਜਾਗਣ ਹਾਰੇ ਕਾਹਾਂ ਗਾਫਲ ਸੋਇਆ
ਕਹਿੰਦੇ ਸੁੱਤਾ ਪਿਆ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜੱਪੇ ਮੁਰਾਰ ਕਹਿੰਦੇ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਣ ਪਸਾ ਕਹਿੰਦੇ ਸੁੱਤਾ ਕੀ ਕਰਦਾ ਹੈ ਉੱਠ ਕੇ ਨਾ ਜੱਪੇ ਮੁਰਾਰ ਕਹਿੰਦੇ ਉੱਠ ਕੇ ਨਾਮ ਧਿਆਲ ਹੈ ਕਹਿੰਦੇ ਇੱਕ ਦਿਨ ਲੰਮੀਆਂ ਤਾਣ ਕੇ ਸੌ ਜਾਣਾ ਕਹਿੰਦੇ ਉਸ ਦਿਨ ਐਸਾ ਸੋਣਾ ਮੁੜ ਜਗਾਉਣਾ ਨੀ ਕਿਸੇ ਨੇ ਬੋਲੋ ਵਾਹਿਗੁਰੂ ਹਰ ਕੀਰਤਨ ਮੈਂ ਇਹ ਮਨ ਜਾਗੇ ਬੋਲੋ ਵਾਹਿਗੁਰੂ ਇਹ ਮਨ ਸੁੱਤਾ ਹੈ ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ ਬੋਲਿਓ ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ ਕਹਿੰਦੇ ਜਪਣ ਵਾਲਿਆ ਤੂੰ ਉੱਠ ਕੇ ਜਪ ਲੈ ਹੋਕਾ ਦੇਣ ਵਾਲੇ ਆਵਾਜ਼ ਦੇਣ ਵਾਲੇ ਤੈਨੂੰ ਜਗਾ ਜਗਾ ਕੇ ਤੁਰ ਗਏ ਬੋਲੋ ਵਾਹਿਗੁਰੂ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਉਹ ਕਿਹਨੂੰ ਆਖਿਆ ਜਾਗਣ ਨੂੰ ਇਸ ਮਨ ਨੂੰ ਮਨੂਏ ਨੂੰ ਜੋ ਸੁੱਤਾ ਪਿਆ ਹੁਣ ਛੇਵੇਂ ਪਾਤਸ਼ਾਹ ਨੂੰ ਪੁੱਛਿਆ ਕਿ ਗਰੀਬ ਨਵਾਜ ਮੀਰੀ ਪੀਰੀ ਦੇ ਮਾਲਕੋ ਕਿਰਪਾ ਕਰਕੇ ਇਹ ਤਾਂ ਦੱਸੋ ਕਿ ਜੇ ਕਿਸੇ ਦਾ ਮਨ ਜਾਗ ਰਿਹਾ ਉਹਦੀ ਨਿਸ਼ਾਨੀ ਕੀ ਹੈ ਬੋਲੋ ਆਪਾਂ ਬੈੱਡ ਤੋਂ ਉੱਠੇ ਇਸ਼ਨਾਨ ਪਾਣੀ ਕੀਤਾ ਕਹਿੰਦੇ ਕਿ ਉੱਠ ਖੜਿਆ ਨਹਾ ਰਿਹਾ ਬ੍ਰੇਕਫਾਸਟ ਕਰ ਰਿਹਾ ਹੈ ਆਫਿਸ ਜਾ ਰਿਹਾ ਪਰ ਸਰੀਰ ਤਾਂ ਦਿਖਦਾ ਜਾਗਦਾ ਹੈ ਪਰ ਮਨ ਜਾਗੇ ਦਾ ਕਿਵੇਂ ਪਤਾ ਲੱਗੂ ਬਈ ਬੋਲੋ ਆਪਾਂ ਇੰਨੀ ਸੈਂਕੜੇ ਦੀ ਗਿਣਤੀ ਵਿੱਚ ਬੈਠੇ ਹਾਂ ਕਿਸੇ ਨੂੰ ਪਤਾ ਕਿਹਦਾ ਮਨ ਜਾਗ ਰਿਹਾ ਤੇ ਕਿਹਦਾ ਸੁੱਤਾ ਕੋਈ ਗਰੰਟੀ ਨਹੀਂ ਹੈ ਕੋਈ ਸ਼ਿਓਰਟੀ ਨਹੀਂ ਹੈ ਤੋ ਇਹੀ ਸਵਾਲ ਛੇਵੇਂ ਪਾਤਸ਼ਾਹ ਤੋਂ ਸੰਗਤ ਨੇ ਪੁੱਛਿਆ ਕਿ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਮਨ ਜਾਗ ਰਿਹਾ ਬੋਲੋ ਤੇ ਛੇਵੇਂ ਪਾਤਸ਼ਾਹ ਪਤਾ ਕੀ ਬਚਨ ਕਰਦੇ ਆ ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੀ ਸਾਰੇ ਬੋਲੋ ਮਨ ਜਾਗੇ ਕੀ ਨਿਸ਼ਾਨੀ ਹੋਏਗੀ ਕਹਿੰਦੇ ਉਰ ਲਾਗੇ ਜਬ ਮਿੱਠੀ ਬਾਣੀ ਕਹਿੰਦੇ ਜਦੋਂ ਤੈਨੂੰ ਬਾਣੀ ਮਿੱਠੀ ਲੱਗਣ ਲੱਗ ਗਈ ਆਖੋ ਸਤਨਾਮ ਜਦੋਂ ਤੈਨੂੰ ਬਾਣੀ ਵਿੱਚੋਂ ਮਿਠਾਸ ਆਉਣ ਲੱਗ ਗਈ ਜਦੋਂ ਤੈਨੂੰ ਬਾਣੀ ਵਿੱਚੋਂ ਰਸ ਆਉਣ ਲੱਗ ਗਿਆ ਸਮਝ ਲਈ ਤੇਰਾ ਮਨ ਹੁਣ ਜਾਗ੍ਰਿਤ ਅਵਸਥਾ ਵੱਲ ਵੱਧ ਰਿਹਾ ਬੋਲੋ ਵਾਹਿਗੁਰੂ ਤੇ ਜੇ ਕੀਰਤਨ ਵਿੱਚ ਜਾਗ ਨਹੀਂ ਆਈ ਫਿਰ ਅਜੇ ਮਨ ਸੁੱਤਾ ਪਿਆ ਹੈ ਅਜੇ ਸੌਂ ਰਿਹਾ ਅਜੇ ਗਾਫਲ ਗੂੜੀ ਨੀਂਦ ਸੁੱਤਾ ਹੋਇਆ ਤਾਂ ਆਖੇ ਨੇ ਹਰ ਕੀਰਤਨ ਮੈਂ ਇਹ ਮਨ ਜਾਗੇ ਕੀਰਤਨ ਹੀ ਐਸਾ ਢੰਗ ਹੈ ਕਲਯੁਗ ਵਿੱਚ ਤਾਂ ਹੀ ਉਹ ਸਾਹਿਬ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਬੋਲੋ ਕਲਯੁਗ ਮੈਂ ਗੁਰਮੁਖ ਜਪੀਏ ਆਪ ਤਰੇ ਸਗਲੇ ਕੁਲ ਤਾਰੇ ਹਰ ਦਰ ਕੈ ਪਤ ਸਿਉ ਜਾਏ ਦਾ ਆਪ ਵੀ ਤਰਦਾ ਹੈ ਤੇ ਤੁਹਾਨੂੰ ਵੀ ਜਗਾ ਜਾਂਦਾ ਹੈ ਕੀਰਤਨ ਕਰਨ ਵਾਲਾ ਆਖੋ ਸਤਨਾਮ ਤਾਂ ਹੀ ਆਖਿਆ ਭਲੋ ਭਲੋ ਰੇ ਕੀਰਤਨੀਆ ਭਲਾ ਹੈ ਭਲਾ ਕੀਰਤਨ ਕਰਨ ਵਾਲਾ
جو تینو کیرتن کر کے جگا رہے. یہ اپنی اپنی یاترا ہے، اپنا اپنا سفر ہے جو آپ ایک دن مکا رہے ہیں، ترے ہوئے ہیں مکان ول. کسی دا اج کسی دا پلکے مک جانا. تن بابا نند سنگھ جی مہاپرش کہندے ہوں دے، چلو چلی دا میلا ایتھے ایتھے سب دی کوچ تیاری ہے. کہندے اے کسی نو پتا نہیں چلدا کہ کل نو کی دی واری ہے، کوئی نہیں پتا. تو جاگیے کتے اس سرت جاگ جائے، اے من جاگ جائے تے پھر یہ لاہا لے لوے. پرانی توں آیا لاہا لین، کیڑا لاہا بھائی؟ یہاں کھاٹ چلو ہر لاہا آگے بسن سہیلا. جیویں تسی چڑھدی جوانی چ یانگسٹر پردیساں چاہتے ہو انڈیا چوں، تانوں پتا نہیں یہی 15-20 سال دی عمر ہے، جنی پجرٹ کر لیں گے، جنی کمائی کر لیں گے، جنی پونجی جوڑ لیں گے، ان فیوچر بڑھے بیچے کم آؤ گی. بولو بھائی. تے پیاریو ایتھے صاحب نے کہا بھی جدوں تو جاگ جے بس لاہا کٹھا کر لگ جا، کیونکہ ایتھے مٹیریل دی تاں کسے حد تک تھوڑی بہت گرنٹی ہے، تیری کوئی گرنٹی نہیں. آخو ستنا کی آخیا مہاراج نے، ہم آدمی ہاں ایک دمی، آ پلس دمی آدمی بنتا ہے، ایڈے نو کرنا پلس دمی، دم آ رہا تے آدمی ہے، تے جے دم نہیں آ رہا تے مٹی دی ڈھیری ہے، ادو ود کچھ نہیں. تائیوں مہاراج کہندے سا سا سمرو گوبند، من اندر کی اترے چت. بڑیاں ادھارن 1430 انگ گرو گرنتھ صاحب مہاراج جی دے نے، تے ہر انگ دے مہاراج نے تینوں جپن واسطے پریرنا کیتی ہے. آکھو ستنام. آجے آج وہ کچھ بگڑیو نہیں، آج ہی جاگ جائے ہن تو ہی، نہیں تو اوت کٹے دن سرین آ رہے. مانا گر مل کھاچ سو. یہ عمر وہدی جاندی ہے، بیتدا جاندا سماں، بیت جہے بیت جہے جنم اکاج رے. تیرا جنم بیت رہا ہے. کہندے نے ایک بار ستگرو جی کشمیر گئے، چھویں پاتشاہ، تے مہاراج نے کیسا کوتک ورتایا سوچی دین لئی. کہندے سنگو او دور دیکھو برف دے پہاڑ نے، جاؤ ایتھے تھوڑی جی گرمی ہے کہندے، اتھوں برف لے کے آؤ. ہم برف نو ہم کہندے، ہیم کنڈ پربت ہے جہاں جی میں آپ کہہ لی. کہندے اتھوں برف لے آئے ہو. سات بچن ہن سکھ تر پے، جدو پہاڑ تے پہنچے چارے پاسے برف ہی برف، برف ہی برف جمی ہوئی. انہوں نے سوچیا بھی برف تا مہاراج تک پہنچدیا پہنچدیا پگھل جائے گی، کھر جائے گی. انہوں نے برف توڑ کے نہ چنگی تے اپنیاں دستاراں کھول کے دستاراں وچ بلیڈ لئی چنگی تا بھی انہوں ہوا نہ پہنچے تے پگھلے نہ. ہن پہاڑ تو برف بڑا سارا پتھر لے کے پر
ਬਰਫ਼ ਦਾ ਸਿੱਖ ਹੌਲੀ ਹੌਲੀ ਉੱਤਰਦੇ ਆਉਂਦੇ ਆ। ਅਤੇ ਜਦੋਂ ਮਹਾਰਾਜ ਸਾਹਿਬ ਕੋਲ ਆਏ ਨਾ ਤਾਂ ਉਹ ਇੰਨੀ ਬਰਫ਼ ਸੀ, ਉਹ ਖੁਰਦੀ 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 ਇੰਨੀ ਕੁ ਰਹਿ ਗਈ। ਬੋਲੋ ਵਾਹਿਗੁਰੂ ਮਹਾਰਾਜ ਜੀ, ਆਹ ਤੁਹਾਡੇ ਚਰਨਾਂ 'ਚ ਬਰਫ਼ ਹਾਜ਼ਰ ਹੈ। ਛੇਵੇਂ ਪਾਤਸ਼ਾਹ ਕਹਿੰਦੇ ਭਾਈ ਜੇ ਲਿਆਉਣੀ ਸੀ ਥੋੜ੍ਹੀ ਹੋਰ ਤਾਂ ਲੈ ਆਉਂਦੇ। ਕਹਿੰਦੇ ਮਹਾਰਾਜ ਲਿਆਂਦੀ ਤਾਂ ਬਹੁਤ ਸੀ ਪਰ ਪਿਘਲਦੀ ਪਿਘਲਦੀ ਖੁਰਦੀ ਖੁਰਦੀ ਇੰਨੀ ਕੁ ਰਹਿ ਗਈ। ਅਤੇ ਸੱਚੇ ਪਾਤਸ਼ਾਹ ਨੇ ਫਿਰ ਉਦੋਂ ਹੀ ਲੋਹਾ ਗਰਮ ਜਾਣ ਐਸੀ ਸੱਟ ਮਾਰੀ, ਕਹਿੰਦੇ ਜਿਵੇਂ ਬਰਫ਼ ਨਹੀਂ ਰੁਕੀ, ਬਰਫ਼ ਖੁਰਦੀ ਖੁਰਦੀ ਖੁਰ ਗਈ, ਕਹਿੰਦੇ ਤੇਰੀ ਉਮਰ ਵੀ ਖੁਰਦੀ ਜਾਂਦੀ ਹੈ। ਕਹਿੰਦੇ ਵਾਹਿਗੁਰੂ ਇਹ ਖੁਰਦੀ ਜਾਂਦੀ ਹੈ ਉਮਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਵਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਇੱਥੇ ਕੁਝ ਨਹੀਂ ਜਾਣਾ ਨਾਲ, ਕੌਣ ਕੀ ਲੈ ਗਿਆ ਦੱਸੋ ਬਈ। ਸਿਕੰਦਰ ਬਾਦਸ਼ਾਹ ਜਦੋਂ ਪੂਰਾ ਹੋਇਆ ਨਾ, ਹੁਣ ਚੱਕਰਵਰਤੀ ਬਾਦਸ਼ਾਹ ਸੀ, ਬੜੇ ਮੁਲਕਾਂ 'ਤੇ ਰਾਜ ਸੀ, ਅਤੇ ਸਿਕੰਦਰ ਬਾਦਸ਼ਾਹ ਨੇ ਨਾ ਤਿੰਨ ਵਸੀਅਤਨਾਮਾ ਲਿਖਵਾਏ। ਸੁਣਿਓ ਕਿ ਮਰਨ ਤੋਂ ਪਹਿਲਾਂ ਬਿਮਾਰ ਹੋ ਗਿਆ, ਚੰਗੇ ਚੰਗੇ ਰਾਜ ਵੈਦ ਰਾਜ ਹਕੀਮ ਬੁਲਾਏ, ਚੈੱਕਅਪ ਕਰੋ ਜੀ, ਠੀਕ ਕਰੋ। ਕਹਿੰਦੇ ਪਰਦਾ ਖੋਲੋ, ਉਹ ਢੇਰ ਲੱਗਿਆ ਮਾਇਆ ਦਾ ਖਜ਼ਾਨਾ, ਜਿੰਨੀ ਮਰਜ਼ੀ ਚੁੱਕੋ। ਰਾਜਾ ਸਹੀ ਹੋਣਾ ਚਾਹੀਦਾ। ਕਹਿ ਦਿਓ ਵਾਹਿਗੁਰੂ। ਬੋਲੋ ਫਿਰ, ਬੋਲੋ ਗੱਜ ਕੇ, ਬੋਲੋ ਪ੍ਰਸ਼ਾਦਾ ਛਕਣਾ ਹੈ ਜੇ ਕਿ ਛਕੀ ਬੈਠੇ ਹੋ। ਅੱਧੇ ਕੁ ਛਕੀ ਬੈਠੇ, ਅੱਧਿਆ ਕਿ ਨਹੀਂ ਛਕਣਾ। ਜਿਨ੍ਹਾਂ ਨੇ ਛਕ ਲਿਆ ਉਹ ਵੀ ਸ਼ੁਕਰ ਕਰੋ, ਅਤੇ ਜਿਨ੍ਹਾਂ ਨੇ ਛਕਣਾ ਉਹ ਛਕਣ ਜੋਗੇ ਹੋ ਜਾਈਏ। ਆਖੋ ਸਤਨਾਮ ਸ਼੍ਰੀ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਮਹਾਂਪੁਰ ਕਹਿੰਦੇ ਓਏ ਗੁਰੂ ਕਾ ਲੰਗਰ ਛਕਣ ਜੋਗੇ ਪਹਿਲਾਂ ਪੁੰਨ ਤਾਂ ਬਣਾ ਲੈ। ਆਖੋ ਸਤਨਾਮ ਕਿ ਨਿਰਾ ਭਾਰ ਹੀ ਚੜ੍ਹਾਉਣਾ ਹੈ। ਲੰਗਰ ਤਾਂ ਤੁੱਟ ਹੈ ਪਰ ਸੇਵਾ ਵੀ ਕਰਿਆ ਕਰੋ। ਆਖੋ ਸਤਨਾਮ। ਇਹ ਵੀ ਬੜੀ ਜ਼ਰੂਰੀ ਗੱਲ ਹੈ। ਹੁਣ ਸਿਕੰਦਰ ਬਾਦਸ਼ਾਹ ਜਦੋਂ ਦੱਸਿਆ ਹਕੀਮਾਂ ਵੈਦਾਂ ਨੇ ਵੀ ਬਾਹਾਂ ਖੜੀਆਂ ਸਾਡੀਆਂ, ਰਾਜਨ ਤੁਸੀਂ ਬਾਦਸ਼ਾਹ ਜੀ ਥੋੜ੍ਹੇ ਦਿਨ ਹੋਰ ਹੋ ਬਸ। ਕਹਿੰਦੇ ਵਕੀਲ ਬੁਲਾਏ, ਲਿਖੋ। ਕੀ ਲਿਖਵਾਇਆ? ਪਹਿਲੀ ਗੱਲ ਲਿਖੋ ਕਿ ਜਦੋਂ ਮੇਰੀ ਅਰਥੀ ਨੂੰ ਚੁੱਕੋਗੇ ਨਾ, ਅਰਥੀ ਨੂੰ ਚੁੱਕੋਗੇ ਤੇ ਮੇਰੀ ਅਰਥੀ ਨੂੰ ਮੋਢਾ ਇਹ ਵੈਦ ਲਾਉਣਗੇ, ਹਕੀਮ ਲਾਉਣਗੇ, ਮੇਰੇ ਪੁੱਤਰਾਂ ਨੇ ਮੋਢਾ ਨਹੀਂ ਲਾਉਣਾ। ਕਹਿ ਦਿਓ ਵਾਹਿਗੁਰੂ। ਮੈਂ ਹਕੀਮਾਂ ਤੇ ਵੈਦਾਂ ਦੇ ਮੋਢਿਆਂ ਤੇ ਜਾਣਾ। ਦੂਜੀ ਗੱਲ, ਆ ਜਿੰਨੀ ਮਾਇਆ ਮੈਂ ਢੇਰ ਲਾਏ ਨੇ ਇਹ ਮੇਰੇ ਰਸਤੇ ਵਿੱਚ ਵਿਛਾ ਦੇਣੀ, ਇਹਦੇ ਉੱਤੋਂ ਦੀ ਮੇਰੀ ਅਰਥੀ ਲਿਜਾਣੀ, ਤੇ ਬਾਅਦ ਵਿੱਚ ਗਰੀਬ ਇਹਨੂੰ ਲੁੱਟ ਕੇ ਲੈ ਜਾਣ, ਸਾਰੀ ਮਾਇਆ ਵਰਤ ਵੰਡ ਦਿਓ ਬਸ। ਤੀਜੀ ਗੱਲ, ਜਦੋਂ ਮੇਰੀ ਅਰਥੀ ਲਿਜਾਓਗੇ ਮੇਰੀਆਂ ਦੋਵੇਂ ਬਾਹਾਂ ਸੀੜੀ ਚੋਂ ਬਾਹਰ ਕੱਢਿਓ ਤੇ ਮੇਰੀਆਂ ਦੋਵੇਂ ਮੁੱਠੀਆਂ ਖੋਲ ਦਿਓ। ਕਹਿ ਦਿਓ ਵਾਹਿਗੁਰੂ। ਉਹ ਕਹਿੰਦੇ ਬਾਦਸ਼ਾਹ ਸਾਰੀ ਜ਼ਿੰਦਗੀ ਇਸ ਮਾਇਆ ਲਈ ਰਾਜ ਭਾਗ ਲਈ ਨਵੇਂ ਤੋਂ ਨਵੇਂ ਮੁਲਕ ਤੇ ਚੜ੍ਹਾਈ ਕੀਤੀ, ਕਿੰਨੇ ਕਤਲ ਕਿੰਨੇ ਜਾਨਾਂ ਕੀ ਕੁਝ ਨਹੀਂ ਹੋਇਆ, ਤੇ ਇਹ ਤਿੰਨ ਗੱਲਾਂ ਕੀ ਲਿਖਵਾਈਆਂ?
ਹੁਣ ਬਾਦਸ਼ਾਹ ਸੀ, ਸੋਝੀ ਵਾਲਾ ਸੀ, ਕਹਿੰਦੇ ਮੇਰੀ ਅਰਥੀ ਨੂੰ ਵੈਦ ਜਦੋਂ ਮੋਢਾ ਲਾਉਣਗੇ ਨਾ, ਡਾਕਟਰ ਸਮਝਦੇ ਹੋ ਨਾ ਵੈਦ ਤੇ ਹਕੀਮ, ਕਹਿੰਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਜਿੱਦੇ ਤੇਰਾ ਸਮਾਂ ਆ ਗਿਆ ਨਾ, ਦੁਨੀਆਂ ਦੇ ਕਿਸੇ ਮੁਲਕ ਦਾ ਵੈਦ ਤੇ ਹਕੀਮ ਡਾਕਟਰ ਕਰ ਲਈ ਤੈਨੂੰ ਉਹ ਜ਼ਿੰਦਗੀ ਨਹੀਂ ਦੇ ਸਕਣਗੇ। ਆਖੋ ਸਤਨਾਮ। ਦੂਜੀ ਵਸੀਅਤ ਮੈਂ ਤਾਂ ਕੀਤੀ ਹੈ ਕਿ ਇਹ ਜਿੰਨਾ ਖਜ਼ਾਨਾ ਸਭ ਵੰਡ ਦਿਓ, ਲੁਟਾ ਦਿਓ, ਰਸਤੇ ਵਿੱਚ ਵਿਛਾ ਦਿਓ। ਕਹਿੰਦੇ ਜਿਸ ਪੈਸੇ ਦੀ ਖਾਤਰ, ਜਿਸ ਖਜ਼ਾਨੇ ਦੀ ਖਾਤਰ ਮੈਂ ਦਿਨ ਰਾਤ ਮੁਲਕਾਂ ਦੇ ਮੁਲਕ ਫਤਿਹ ਕੀਤੇ, ਗਾਂ ਦੀ ਗਾਂ ਵੱਧਦਾ ਗਿਆ ਵੱਧਦਾ ਗਿਆ, ਮਾਇਆ ਜਿੱਤਦਾ ਗਿਆ, ਢੇਰ ਲਾਉਂਦਾ ਗਿਆ। ਕਹਿੰਦੇ ਮਾਇਆ ਮੈਨੂੰ ਇੱਕ ਇੱਕ ਮਿੰਟ ਜ਼ਿੰਦਗੀ ਨਹੀਂ ਦੇ ਸਕੀ। ਆਖੋ ਸਤਨਾਮ। ਤੀਜੀ ਕਹਿੰਦੇ ਮੇਰੇ ਹੱਥ ਸੀੜੀ ਚੋਂ ਖੋਲ ਕੇ ਲਿਜਾਇਓ, ਮੁੱਠੀਆਂ ਖੋਲ ਕੇ ਲਿਜਾਇਓ। ਕਹਿੰਦੇ ਮੈਂ ਜਾਂਦਾ ਜਾਂਦਾ ਦੁਨੀਆਂ ਨੂੰ ਦੱਸਣਾ ਚਾਹੁੰਦਾ ਕਿ ਦੁਨੀਆਂ ਤੇ ਰਾਜ ਕਰਨ ਵਾਲਾ ਸਿਕੰਦਰ ਬਾਦਸ਼ਾਹ, ਹਾਂ ਵੇਖੋ ਅੱਜ ਦੁਨੀਆਂ ਤੋਂ ਖਾਲੀ ਹੱਥ ਜਾ ਰਿਹਾ ਹੈ, ਕੁਝ ਨਾਲ ਨਹੀਂ ਜਾ ਰਿਹਾ ਮੇਰੇ। ਤੂੰ ਨਾਲ ਆਇਆ ਕੀ ਤੇ ਜਾਊਗਾ ਕੀ, ਸਵਾਲ ਖੜਾ ਹੋ ਗਿਆ। ਕਹਿੰਦੇ ਇੱਕੋ ਹੀ ਚੀਜ਼ ਪੜ੍ਹਦੇ ਹੁੰਦੇ ਆ ਨਾ ਨਿੱਤ, ਪਵਣ ਗੁਰੂ ਮਾਤਾ ਦਿਵਸ ਰਾਤ ਦੋਏ ਖੇਲੇ। ਹੁਣ ਕਿਹੜੀ ਚੀਜ਼ ਹੈ ਜਿਹੜੀ ਨਾਲ ਲਵੇਗੀ? ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੋ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿੰਨੀ ਨਾਮ ਤੇ ਆਇਆ ਇਹਨੂੰ ਜਿੰਨੀ ਨਹੀਂ ਕਹਿਣਾ, ਜਿੰਨੀ ਇਹਨੂੰ ਕਹਿਣਾ ਜਿੰਨੀ। ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ, ਗੁਣਾ ਗਵਾਈ ਗੰਠੜੀ ਅਗਣ ਚੱਲੀ ਬੰਨ, ਤੇਰੇ ਨਾਲ ਕੀ ਆਇਆ ਤੇ ਕੀ ਜਾਏਗਾ? ਕਹਿੰਦੇ ਤੇਰੇ ਨਾਲ ਜਾਂ ਤਾਂ ਗੁਣ ਜਾਣਗੇ ਜਾਂ ਔਗਣ ਜਾਣਗੇ। ਆਖੋ ਸਤਨਾਮ। ਸਿੱਧਾ ਸੌਖਾ, ਤੇਰੇ ਨਾਲ ਜਾਂ ਚੰਗਿਆਈ ਜਾਏਗੀ ਜਾਂ ਬੁਰਿਆਈ ਜਾਏਗੀ। ਇਹ ਨੇਕ ਕਰਮ ਕਮਾਲ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬਨ, ਨਿਤ ਆਸਾਂ ਕੇ ਆਸਾਂ ਲੈ ਕੇ ਆਪਾਂ ਜਿਉਂਦੇ ਹਾਂ, ਕੱਲ ਨੂੰ ਆਹ ਸਮਾਂ ਇੱਦਾਂ ਆਊਗਾ, ਆਸਾ ਰੱਖ ਕੇ ਜਾਂਦਾ। ਕਹਿੰਦੇ ਸਾਡੇ ਤ੍ਰੇਮਣ ਦਿਓਰੀ ਚੱਲੇ ਪਾਣੀ ਅੰਨ, ਅੱਗੇ ਕਹਿੰਦੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ। ਵੇਖੋ ਬੰਦਾ ਚੱਲਿਆ ਚੌਂ ਜਨਿਆਂ ਦੇ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਚੰਗੇ ਅਮਲ ਚੰਗੇ ਕਰਮ ਇਹ ਕਮਾ, ਜਿੰਨੀਆਂ ਚੰਗਿਆਈਆਂ ਇਕੱਠੀਆਂ, ਜਿੰਨੀਆਂ ਅਸੀਸਾਂ, ਜਿੰਨੀਆਂ ਬਲੈਸਿੰਗ, ਜਿੰਨੇ ਗੁਣ ਇਕੱਠੇ ਹੁੰਦੇ ਆ, ਬਸ ਲੱਗ ਜਾ, ਔਗਣ ਛੱਡੀ ਜਾ, ਗੁਣ ਇਕੱਠੇ ਕਰੀ ਜਾ, ਬੁਰਿਆਈਆਂ ਕੱਢੀ ਜਾ, ਚੰਗਿਆਈਆਂ ਜੋੜੀ ਜਾ, ਇਹ ਤੇਰੇ ਨਾਲ ਜਾਣੀਆਂ ਨੇ। ਆਖੋ ਸਤਨਾਮ। ਇਹਦਾ ਹੀ ਲੇਖਾ ਜੋਖਾ ਹੋਣਾ। ਮਹਾਂਪੁਰਖ ਕਹਿੰਦੇ ਜੇ ਚੰਗਿਆਈਆਂ ਤੇ ਬੁਰਿਆਈਆਂ ਬਰਾਬਰ ਹੈ ਫਿਰ ਮਨੁੱਖਾ ਦੇਹੀ ਮਿਲ ਜੂਗੀ। ਬੋਲੋ ਵਾਹਿਗੁਰੂ। ਜੇ ਪਾਪ ਤੇ ਪੁੰਨ ਬਰਾਬਰ ਹੈ ਨਾ ਤੱਕੜੀ ਚ ਫਿਰ ਮਨੁੱਖਾ ਦੇਹੀ ਮਿਲ ਜੂ। ਕਹਿੰਦੇ ਜੇ ਪਾਪ ਵਧੇ ਹੋਏ ਤੇ ਕਹਿੰਦੇ ਫਿਰ ਹੋਰ ਜੂਨਾਂ ਤਿਆਰ ਨੇ। ਬੋਲੋ ਵਾਹਿਗੁਰੂ। ਤੇ ਜੇ ਪੁੰਨ ਵਧੇ ਹੋਏ ਤੇ ਫਿਰ ਮੁਕਤੀ ਹੈ। ਆਖੋ ਵਾਹਿਗੁਰੂ। ਫਿਰ ਸੱਚ ਖੰਡ ਹੈ ਜੋ ਘਰ ਛੱਡ ਗਵਾਵਣਾ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ, ਜਿੱਥੇ ਜਾਏ ਤੁਧ ਵਰਤਣਾ
تس کی چنتا نہ ہے جتھے جانا ہے اوتھی چنتا ہی نہیں ہے تے جیڑا گھر چھڈنا ہے اینو بھرن تے لگے ہیں آکھو ستنام جی اینو بھرن تے لگے بھاگاں والیو ਸਤਿਗੁਰ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਤੁਹਾਨੂੰ ਲੱਕੀ ਚਾਂਸ ਮਿਲਿਆ ਹੈ ਇਸ ਮਨ ਨੂੰ ਜਗਾਉਣ ਦਾ ਤੇ ਇਹ ਇਹੋ ਜਿਹਾ ਮਨ ਹੈ ਇਹ ਇੱਕ ਵਾਰੀ ਚ ਨਹੀਂ ਜਾਗੇਗਾ ਇਹ ਵਾਰ ਵਾਰ ਸਤਸੰਗਤ ਵਿੱਚ ਆਉਂਦਾ ਰਹੀ ਇਹ ਬੜੀ ਗੂੜੀ ਨੀਂਦ ਸੌਂ ਜਾਂਦਾ ਫਿਰ ਸੌਂ ਜਾਂਦਾ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਇਹ ਫਿਰ ਸੌਂ ਜਾਂਦਾ ਇੱਥੋਂ ਜਾਓਗੇ ਜੋੜੇ ਘਰ 'ਚ ਜੋੜਾ ਪਾਓਗੇ ਸੋਫੇ ਵਾਲਾ ਕੰਮ ਹੈ ਜੀ ਸੋਫਾ ਸੈੱਟ 'ਤੇ ਬਹਿੰਦੇ ਹਾਂ ਨਾ ਸਪਰਿੰਗਾਂ ਵਾਲਾ ਸੋਫਾ ਉਹ ਗੱਦੇ ਵਾਲਾ ਜਦੋਂ ਬਹਿ ਜਾਂਦੇ ਹੋ ਇੱਦਾਂ ਝੁੱਕ ਜਾਂਦਾ ਅਤੇ ਜਦੋਂ ਉੱਠੇ ਸੋਫਾ ਫਿਰ ਉੱਥੇ ਦਾ ਹੀ ਉੱਥੇ ਆਖੋ ਸਤਨਾ ਕੀ ਖੱਟਿਆ ਆਪ ਗੁਰੂ ਘਰ ਆਏ ਹੋ ਖਾਲੀ ਨਾ ਜਾਇਓ ਪਿਆਰਿਓ ਇੱਥੋਂ ਅੰਮ੍ਰਿਤ ਵੇਲਾ ਤੇ ਨਿਤਨੇਮ ਲੈ ਕੇ ਜਾਇਓ ਆਖੋ ਸਤਨਾ ਲੈ ਕੇ ਜਾਇਓ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਿੰਨਾ ਹੋਵੇ ਓਨਾ ਸਿਮਰਨ ਕਰਿਆ ਕਰੋ ਇਹ ਬੇਨਤੀ ਹੈ ਆਓ ਦੋ ਚਾਰ ਮਿੰਟ ਰਹਿ ਗਏ ਹੈ ਆਪਾਂ ਪਹਿਲਾਂ ਸਿਮਰਨ ਕਰ ਲਈਏ ਸਾਰੇ ਰਲ ਕੇ ਲਾਓ ਚੌਂਕੜੇ ਅਤੇ ਲਾਓ ਸਮਾਧੀਆਂ ਅਤੇ ਆਓ ਇੱਕ ਵਾਰੀ ਜੁੜੀਏ ਜੀ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ऐसी दया करो महाराज तो आओ जिथे सब तो वध धन्नवाद रोम रोम करके श्री गुरु ग्रंथ साहब महाराज सच्चे पिता दा उत्थे ही धन्नवाद है इत्थों दी प्रबंधक कमेटी दा जिहड़े प्यार बख्शदे है पिछे जे दिसंबर च भी दास आया सी तो माघ दा महीना करके ठाठ नानक सर पुच्छो साहब किला ना जाया रोजाना रात दे दीवान सजदे ने कल नूं रात नूं समाप्ति है 12 तरीक दी 7 तों 9 बजे तक शाम दे दीवान किला ना जाया ठाठ नानक सर पुच्छो साहब कल दी समाप्ति है फिर उस तों बाद 2-4 दिनां दे विच देश वापसी है साडे परम मित्र बचपन दे बाल सखाई मित्र भाई हरमीत सिंह जी नौना वीर जी जिन्होंने पहली बारी सानू मलेशिया तुहाडे दर्शन करवाए तो प्यार बनाया संगत प्यार करती है तुहाडा धन्नवाद है बहुत बहुत धन्नवाद सारी संगत दा कीर्तन करदे आं कथा विचारां करदे आं एक नहीं अनेकां भुल्लां गलतियां हो जांदियां क्योंकि विद्यार्थी जीवन है बड़ा प्यारा देखो महाराज ने बनाया सिख है सानू की बनाया सिख सिख कौन है सिख्यार्थी स्टूडेंट जेड़ा सारी जिंदगी सीखी जांदा आखो सतनाम सिख ने सारी जिंदगी सीखना ही सीखना जिथों भी उन्होंने सीखने तो मिलता है उतों ही सीख ले कितों सीखने मिलता है उतों ही सीख सिखा सिख निम के चलना सिख मिठा बोलना सिख निम्रता सिख मन की गरीबी सिख सिखा सिख सेवा सिमरन करनी सिख सिखा सिख संगत विच बहना सिख सिखा सिख गुरु की विचारधारा नु कमाउना सिख सिखी जा सिखी सिख्या गुर विचार नदरी करम लंघाए फार तो फिर किते सबब बनिया कहिंदे ने नक नथ खसम हथ किरत धक्के दे जहां दाणे तहां खाणे नानका सच हे तो विच प्रदेशां दे तुसी सारे कोई पंजाबों आया कोई इंडिया चों आया कोई इत्थों दा जंपल तो देश विदेश दी संगत जिहड़े तुसीं पहुंचे हो दूरों नेड़ियों सब दा ही धन्नवाद जिन्हें कदम रखे सिर मत्थे ते जी सब दा धन्नवाद जी आया नूं आओ हुण आनंद साहब दा पाठ करिए जी ते फिर समाप्ति है अरदास सतगुरु जी दे हुक्मनामे गुरु की दे गुरु के लगर सब ने छक के जाण दी कृपालता करनी जी गज के फतेह बुलाओ वाहिगुरु जी का खालसा फतेह गज के होवे गज के कहते जेड़ा गज के फतेह बुलाउंदा उहनूं भज के फतेह मिलदी है जी जिहदी कहते जिहदे बुल्लां ते फतेह उहदी कुल्लां च फतेह जेड़ा फतेह बुलाउंदा गज के उहनूं फतेह मिलदी है भज के ते कहते जेड़ा फतेह बुलाउंदा ढिल्ली उहनूं फतेह कदे ना मिली ठीक है जी ते जेड़े हुण गज के फतेह बुलाउणगे फतेह पाउणगे आखो जी वाहिगुरु जी का खालसा वाहिगुरु जी की फतेह राम कली महला तीजा न देखो ओंकार सतगुर प्रसाद आनंद